ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰੇ ਹੋ ਇਹਸਾਨ ਬਾਜਵਾ ਬਾਬਾ ਬਾਜਵਾ ਚੈਨਲ ਤੋਂ ਤੁਹਾਡੀ ਖਿਦਮਤ 'ਚ ਹਾਜ਼ਰ ਸਲਾਮ ਕਬੂਲ ਕਰੋ ਸਿਆਣੇ ਆਖਦੇ ਨੇ ਭਰਾ ਭਰਾਵਾਂ ਦੇ ਅਤੇ ਚਿੱਚੜ ਕਾਵਾਂ ਦੇ ਭਰਾ ਭੱਜ ਲੜਦੇ ਭਿੜਦੇ ਵੀ ਰਹਿੰਦੇ ਨੇ ਅਤੇ ਫਿਰ ਵੀ ਜਦੋਂ ਇਕੱਠੇ ਬਹਿੰਦੇ ਨੇ ਉਹ ਇੰਝ ਲੱਗਦਾ ਵੀ ਇੱਕੋ ਪਿਓ ਦੇ ਪੁੱਤਰ ਨੇ ਅੱਜ ਸਾਡੇ ਨਾਲ ਚੜ੍ਹਦੇ ਪੰਜਾਬੋਂ ਡਾਕਟਰ ਚੈਨ ਸਿੰਘ ਚਾਹਲ ਆਏ ਨੇ ਬੜੇ ਅਸੀਂ ਉਹ 'ਚ ਭਾਗੀ ਹਾਂ ਕਿ ਇਹ ਮਿਲਣ ਵਾਸਤੇ ਇੱਥੇ ਤਸ਼ਰੀਫ ਲਿਆਏ ਮੇਰੇ ਕੋਲ ਅਤੇ ਅਸੀਂ ਇਹਨਾਂ ਦੇ ਵਿਚਾਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਤੇ ਡਾਕਟਰ ਸਾਹਿਬ ਤੁਸੀਂ ਕਿਹੜੀ ਜਗ੍ਹਾ 'ਤੇ ਆਏ ਹੋ ਉੱਥੇ ਕਿਹੜੀ ਜਗ੍ਹਾ ਰਹਿੰਦੇ ਹੋ ਸਭ ਤੋਂ ਪਹਿਲਾਂ ਬਾਜਵਾ ਸਾਹਿਬ ਮੈਂ ਤੁਹਾਡੇ ਚੈਨਲ ਬਾਬਾ ਬਾਜਵਾ ਜੀ ਦਾ ਔਰ ਤੁਹਾਡਾ ਖੁਦ ਬਹੁਤ ਧੰਨਵਾਦੀ ਹਾਂ ਵੀ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਚੈਨਲ 'ਤੇ ਗੱਲਬਾਤ ਕਰਨ ਦਾ ਅਤੇ ਮੈਂ ਜੀ ਚੜ੍ਹਦੇ ਪੰਜਾਬ ਜਲੰਧਰ ਤੋਂ ਆਏ ਅਤੇ ਜਲੰਧਰ ਮੇਰੀ ਰਹਿਸ਼ ਆ ਅਤੇ ਉੱਥੇ ਬੱਚੇ ਪਿੱਛੋਂ ਅਸੀਂ ਖੇਡ ਰਹੇ ਜ਼ਿਲ੍ਹੇ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਸੀ ਪਰ ਮੇਰੇ ਮਿਸਿਜ ਉੱਥੇ ਸਰਵਿਸ ਕਰਦੇ ਲੈਕਚਰ ਫਿਰ ਉੱਥੇ ਸੈੱਟ ਹੋ ਗਿਆ ਇਹਦਾ ਮਤਲਬ ਹੈ ਤੁਸੀਂ 47 'ਚ ਇੱਧਰੋਂ ਨਹੀਂ ਗਏ ਹਾਂ ਨਹੀਂ ਅਸੀਂ ਪਹਿਲਾਂ ਤੋਂ ਹੀ ਉੱਧਰ ਦੇ ਸੀ ਹਾਂ ਅਸੀਂ 47 ਤੋਂ ਗਏ ਤਾਂ ਨਹੀਂ ਪਰ ਦਰਦ ਸਾਨੂੰ ਉੱਨਾ ਹੀ ਹੈ ਜਿੰਨਾ ਬਾਕੀ ਹਾਂ ਦਰਦ ਹੈ ਦਰਦ ਦਾ ਕੋਈ ਕਮੀ ਨਹੀਂ ਅਤੇ ਡਾਕਟਰ ਸਾਹਿਬ ਤੁਸੀਂ ਜਿਹੜਾ ਹੁਣ ਮਹਿਸੂਸ ਕੀ ਕਰ ਰਹੇ ਹੋ ਕਿ ਹੁਣ ਜਿਹੜੀ ਨਵੀਂ ਪੀੜ੍ਹੀ ਹੈ 47 ਤੋਂ ਬਾਅਦ ਉਹਨਾਂ ਦੇ ਦਿਲ ਜਿਹੜੇ ਪੰਜਾਬੀਆਂ ਦੇ ਨੇ ਇਹ ਲਹਿੰਦੇ ਪੰਜਾਬੀਆਂ ਦੇ ਅਤੇ ਚੜ੍ਹਦੇ ਪੰਜਾਬੀਆਂ ਦੇ ਕੋਈ ਮੈਨੂੰ ਇੰਝ ਲੱਗਦਾ ਕਿ ਕੋਈ ਅੱਗੇ ਨਾਲੋਂ ਬਿਹਤਰ ਨਹੀਂ ਸੂਰਤ ਹਾਲ ਹੋ ਗਈ ਔਰ ਕੋਈ ਵੱਧ ਨਹੀਂ ਧੜਕਦੇ ਇੱਕ ਦੂਜੇ ਨੂੰ ਵੇਖ ਕੇ ਇੱਕ ਥੋੜ੍ਹਾ ਜਿਹਾ ਬਿਹਤਰ ਨਹੀਂ ਹੋਇਆ ਬਹੁਤ ਜ਼ਿਆਦਾ ਬਾਜਵਾ ਸਾਹਿਬ ਬਿਹਤਰ ਹੋ ਗਿਆ ਜ਼ਿਆਦਾ ਬਿਹਤਰ ਦਾ ਭਾਵ ਇਹ ਆ ਵੀ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਸੀ ਜਿਹਨਾਂ ਦਾ ਇੱਕ ਨਵਾਂ ਵਾਪਰੀਆਂ ਜਿਹਨਾਂ ਨੇ ਦਰਦ ਹੰਡਾਇਆ ਉਹਨਾਂ ਚੋਂ ਬਹੁਤ ਲੋਕ ਚਲੇ ਗਏ ਨੇ ਹੁਣ ਜਿਹੜੀ ਅਗਲੀ ਪੀੜ੍ਹੀ ਆ ਉਹ ਮਿਲਣਾ ਚਾਹੁੰਦੀ ਆ ਉਹ ਉਹਨਾਂ ਦਰਦਾਂ ਨੂੰ ਇੰਨਾ ਮਹਿਸੂਸ ਕਰਦੀ ਜਿੰਨਾ ਕਿ ਸਾਨੂੰ ਆਪ ਨੂੰ ਮਹਿਸੂਸ ਕਰਦੀ ਹੈ ਉਹ ਕਹਿੰਦੀ ਵੀ ਜੇ ਵੱਡੀਆਂ ਗਲਤੀਆਂ ਕੀਤੀਆਂ ਤੇ ਅਸੀਂ ਘੱਟੋ ਘੱਟ ਉੱਥੇ ਮਿੱਟੀ ਪਾਈਏ ਸਾਨੂੰ ਪੁਰਾਣੀਆਂ ਗਲਤੀਆਂ ਜੋ ਕਿਸੇ ਨੇ ਵੀ ਕੀਤੀਆਂ ਸੀ ਤੇ ਸਾਨੂੰ ਭੁੱਲਣਾ ਚਾਹੀਦਾ ਆਸ ਮਿਲਣਾ ਚਾਹੀਦਾ ਪੰਜਾਬੀ ਵਿਰਸਾ ਬੜਾ ਜ਼ਬਰਦਸਤ ਹੈ ਪੰਜਾਬੀ ਵਿਰਸਾ ਮੇਲ ਮਿਲਾਪ ਦਾ ਹੈ ਹੱਸਣ ਖੇਡਣ ਦਾ ਹੈ ਗੋਲ ਵਜਾਉਣ ਦਾ ਹੈ ਅਤੇ ਇਹ ਵਿਰਸਾ ਪੈਦਾ ਕਰਨਾ ਚਾਹੁੰਦੇ ਆ ਹੋਰ ਬਾਜਵਾ ਸਾਹਿਬ ਮੈਂ ਇੱਥੇ ਹੋਇਆ ਸੀ ਅਤੇ ਮੇਰਾ ਬੇਟਾ ਹੁਣ ਆਸਟ੍ਰੇਲੀਆ ਜਾ ਅਤੇ ਵਿਆਹ ਰਿਹਾ ਉਹਨੇ ਬੜੀ ਜਿੱਦ ਕੀਤੀ ਮੈਂ ਵੀ ਜਾਣਾ ਆਸਟ੍ਰੇਲੀਆ 'ਚ ਹਾਂ ਉਹਨੇ ਬੜੀ ਜਿੱਦ ਕੀਤੀ ਮੈਂ ਵੀ ਜਾਣਾ ਇੱਦਾਂ ਸਾਰੇ ਬੱਚੇ ਇੱਦਾਂ ਕਰਦੇ ਆ ਮੈਂ ਹੋਰ ਤੁਹਾਨੂੰ ਦੱਸਦਾ ਆ ਜਿਹੜੇ ਪੁਰਾਣੇ ਜ਼ਖਮ ਆ ਨਾ ਇਹ ਵੱਧ ਤੋਂ ਵੱਧ 30-40 ਸਾਲ 50 ਸਾਲ ਰਹਿਣਗੇ ਇਹ ਭੁੱਲ ਜਾਣੇ ਸਾਰਿਆਂ ਨੂੰ ਉਸ ਪੀੜ੍ਹੀ ਨੂੰ ਅਤੇ ਇਸ ਪੀੜ੍ਹੀ ਨੂੰ ਅੱਛਾ ਗੱਲ ਇਹ ਬਈ ਇਸ ਜਿਹੜੀ ਇਹ ਬੁਨਿਆਦੀ ਚੀਜ਼ ਹੈ ਇਹ ਜਿਹੜੀ ਸਾਡੀ ਜੁੜਤ ਹੈ ਇਹਨੂੰ ਕਾਇਮ ਰੱਖਣ ਵਾਸਤੇ ਸਾਡੀ ਜ਼ਬਾਨ ਸਾਡਾ ਸਾਂਝਾ ਵਿਰਸਾ ਸਾਡੇ ਮਾਈਏ ਟੱਪੇ ਸਾਡੇ ਸਾਂਝੇ ਬਾਬੇ ਵੀ ਸਾਂਝੇ ਸਭ ਕੁਝ ਸਾਂਝਾ ਸਾਡਾ ਉਹ ਸਾਰਾ ਕੁਝ ਜਿਹੜਾ ਸਾਂਝਾ ਅਤੇ ਮੈਂ ਸਮਝਦਾ ਕਿ ਇਹ ਵੀ ਜਿਹੜਾ ਨਾ ਇਹ ਚੀਜ਼ ਨੇ ਹਾਲਾਂਕਿ ਜਿੰਨਾ ਕੁ 47 ਚੋਂ ਘੱਟ ਦੋਵਾਂ ਪਾਸੇ ਨਹੀਂ ਹੋਈ ਇੰਨਾ ਕੁ ਪ੍ਰਾਪੋਗੰਡਾ ਇੱਕ ਦੂਜੇ ਬਾਰੇ ਕੀਤਾ ਗਿਆ ਇੱਧਰੋਂ ਤੁਹਾਡੇ ਬਾਰੇ ਕੀਤਾ ਗਿਆ ਤੁਹਾਡੇ ਬਾਰੇ ਤੁਹਾਡੇ ਪਾਸਿਓਂ ਸਾਡੇ ਬਾਰੇ ਕੀਤਾ ਗਿਆ ਲੇਕਿਨ ਇਹਦੇ ਬਾਵਜੂਦ ਵੀ ਜਿਹੜੀ ਇਹ ਨਾ ਨੇੜਤਾ ਲੋਕਾਂ ਦੀ ਉਹ ਵਧੀ ਜਾ ਰਹੀ ਹੈ ਉਹ ਘਟਣ ਵਾਲੇ ਪਾਸੇ ਨਹੀਂ ਆ ਸਕੀ ਇਹਦਾ ਮਤਲਬ ਹੈ ਕਿ ਪ੍ਰਾਪੋਗੰਡਾ ਜਿਹੜਾ ਉਹ ਫੇਲ ਹੋ ਗਿਆ ਇਹਦੇ ਬਾਰੇ ਦੱਸ ਇਹਦਾ ਕਾਰਨ ਨਾ ਬਾਜਵਾ ਸਾਹਿਬ ਇੱਕ ਕਾਰਨ ਇਹ ਆ ਵੀ ਜਿਹੜਾ ਪੰਜਾਬ ਦਾ ਪਾਣੀ ਆ ਉਹ ਐਡਾ ਫਰਟਾਈਲ ਆ ਉਹਦੇ ਵਿੱਚ ਹੀ ਪਿਆਰ ਭਰਿਆ ਪਿਆ ਉਹ ਸਾਡੇ ਅੰਦਰੋਂ ਖਿੱਚ ਮਾਰਦੀ ਆ ਤੁਸੀਂ ਵੇਖੋਗੇ ਜਦੋਂ ਆਪਾਂ ਕਿਤੇ ਖੁਸ਼ੇ ਖੁਸ਼ੇ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਵੀ ਦੁਨੀਆ ਕੁਛ ਨਹੀਂ ਅਤੇ ਉਦੋਂ ਉਸ ਵੇਲੇ ਸਾਡੀ ਖਿੱਚ ਮਾਰਦੀ ਆ ਪਰਮਾਤਮਾ ਵੱਲ ਅਸੀਂ ਰੱਬ ਨੂੰ ਮਿਲਣਾ ਇੱਦਾਂ ਸਾਡੀ ਖਿੱਚ ਮਾਰਦੀ ਆ ਚੜ੍ਹਦੇ ਤੇ ਲੰਘਦੇ ਪੰਜਾਬ ਦੇ ਭਰਾਵਾਂ ਨੂੰ ਮਿਲਣ ਲਈ ਸਾਨੂੰ ਉਹ ਬੋਲੀਆਂ ਉਹ ਗਿੱਧੇ ਉਹ ਵਿਆਹ ਸ਼ਾਦੀਆਂ ਦੇ ਗੀਤ ਅਜੇ ਵੀ ਯਾਦ ਨੇ ਅਸੀਂ ਕਹਿੰਦੇ ਵੀ ਉਦੋਂ ਹੀ ਸਾਰਾ ਕੁਛ ਹੋਵੇ ਉਦੋਂ ਹੀ ਕਲਚਰ ਹੋਵੇ ਉਦੋਂ ਹੀ ਮਿਲੀ ਕਰੀਏ ਉਦੋਂ ਵੀ ਕਥਾ ਕਹਾਣੀਆਂ ਬੜੀਆਂ ਲੋਕ ਸੁਣਦੇ ਨੇ ਵੀ ਉਹ ਮੁਸਲਮਾਨ ਭਾਈ ਹੁੰਦੇ ਸੀ ਇੱਥੇ ਆਪਾਂ ਇੱਦਾਂ ਕਰਦੇ ਹੁੰਦੇ ਸੀ ਉੱਥੇ ਇੱਦਾਂ ਕਰਦੇ ਹੁੰਦੇ ਸੀ ਇਹੋ ਜਿਹੜੀ ਰੀਤ ਰਿਵਾਜ ਹੈ ਉਹ ਇੱਥੇ ਹੀ ਚੱਲਦੀ ਹੈ ਜਿਹੜਾ ਪੰਜਾਬੀ ਖੂਨ ਹੈ ਜਿਹੜਾ ਪੰਜਾਬੀ ਪਾਣੀ ਹੈ ਇਹ ਸਾਨੂੰ ਚੈਨਾ ਨਹੀਂ ਬਿਠਣ ਦਾ ਇਹ ਸਾਰੇ ਅੰਦਰੋਂ ਖਿੱਚ ਮਾਰਦਾ ਉਦੋਂ ਮਾਰਦਾ ਬਈ ਇਕੱਠੇ ਹੋ ਕੋਈ ਗੱਲ ਨਹੀਂ ਜੋ ਪਿੱਛੇ ਹੋ ਗਿਆ ਤੁਸੀਂ ਬਾਬਾ ਸਾਹਿਬ ਦੱਸੋ ਪੰਜਾਬੀਆਂ ਨੇ ਕਿਹੜੇ ਸਮੇਂ 'ਚ ਕਦੋਂ ਮੁਸ਼ਕਲਾਂ ਨਹੀਂ ਹੁੰਦੀਆਂ ਹਮੇਸ਼ਾ ਸੁਣਾਈਆਂ ਆ ਹਰ ਵੇਲੇ ਕੀ ਵੇਖੋ ਜੀ ਇੱਥੇ ਧਾੜਵੀ ਕਦੇ ਛਮਾਈ ਇੱਧਰੋਂ ਆਉਂਦੇ ਰਹੇ ਉਹ ਭੁੱਖੇ ਭੁੱਖ ਮਰਦੇ ਇਲਾਕੇ ਸਨ ਸੈਂਟਰਲ ਏਸ਼ੀਆ ਦੇ ਜਦੋਂ ਉੱਥੇ ਚੋਕੀ ਠੰਡ ਪੈਣ ਲੱਗ ਪੈਣੀ ਜਦੋਂ ਉੱਥੇ ਹੋਣਾ ਕੱਖ ਨਾ ਤੇ ਉਹਨਾਂ ਆਖਣਾ ਨਾਲੇ ਸਿਆਲ ਸੌਖਾ ਲੰਘਾ ਆਵਾਂਗੇ ਤੇ ਇੱਥੇ ਆ ਜਾਵਾਂਗੇ ਉਹ ਲੋਕੀ ਕਈ ਸਾਨੂੰ ਉਲਾਮਾ ਦਿੰਦੇ ਨੇ ਜੀ ਪੰਜਾਬੀ ਜਿਹੜੇ ਨੇ ਜੀ ਇਹਨਾਂ ਨੇ ਉਹਨਾਂ ਨਾਲ ਮੁਕਾਬਲੇ ਨਹੀਂ ਕੀਤੇ ਅਸੀਂ ਮੈਂ ਸਮਝਦਾ ਸਾਡੇ ਕੋਲ ਅਸੀਂ ਇਤਿਹਾਸ ਪੜ੍ਹਦੇ ਰਹਿੰਦੇ ਹਾਂ ਤਾਰੀਖ ਪੜ੍ਹਦੇ ਰਹਿੰਦੇ ਹਾਂ
ਜਿੰਨਾ ਕੁ ਮੁਕਾਬਲਾ ਅਸੀਂ ਇੱਕ ਘਰ ਜਿਹੜਾ ਬਣਾਉਂਦੇ ਆ ਸਾਰੀ ਉਮਰ ਲੱਗ ਜਾਂਦੀ ਹੈ ਔਰ ਅਗਰ 6 ਮਹੀਨਿਆਂ ਬਾਅਦ ਜਾਂ 2 ਮਹੀਨਿਆਂ ਬਾਅਦ ਕੋ ਨੂੰ ਲੁੱਟਣ ਵਾਲਾ ਆ ਜੇ ਤੇ ਉਹਨੂੰ ਢਾ ਕੇ ਸਾੜਨ ਵਾਲਾ ਆ ਜੇ ਅਸੀਂ ਨਵੇਂ ਤੇ ਕਿੰਨੇ ਚਿਰ ਤੋਂ ਉਹਨੂੰ ਦੁਬਾਰਾ ਸਾਰਾ ਬਾਜਾ ਸਾਹਿਬ ਪਹਿਲੀ ਗੱਲ ਤਾਂ ਇਹ ਜਵਾਬ ਦੇਣ ਦੇ ਆ ਭਈ ਸਾਡੇ ਪੰਜਾਬ ਦੇ ਲੋਕਾਂ ਦੇ ਅੰਦਰੋਂ ਪਿਆਰ ਦੀ ਹੁਕ ਨਿਕਲਦੀ ਆ ਅਸੀਂ ਮਿਲਣਾ ਚਾਹੁੰਦੇ ਹਾਂ ਦੂਜੀ ਗੱਲ ਇਹ ਵੀ ਤੁਸੀਂ ਕਹਿੰਦੇ ਜੇ ਭਈ ਅਸੀਂ ਮੁਕਾਬਲਾ ਵੀ ਕੀਤਾ ਐਮ ਸ਼ਾਹ ਅਬਦਾਲੀ ਦੇ ਪੋਤੇ ਲਾਹੌਰ ਵਿੱਚ ਮੰਗਦੇ ਫਿਰਦੇ ਇਹ ਮੁਕਾਬਲਾ ਨਹੀਂ ਐਮ ਸ਼ਾਹ ਅਬਦਾਲੀ ਦੇ ਪੋਤਰੇ ਸਾਹ ਸੂਜਾ ਨੂੰ ਅਸੀਂ ਆਪਣੇ ਵਾਰਡ ਹਵੇਲੀ 'ਚ ਕੋਈ ਨਹੀਂ ਵੇਖ ਹੋਇਆ ਉਹਦਾ ਵੱਡਾ ਪੋਤਾ ਸ਼ਾਹ ਜਮਾਨ ਇੱਥੇ ਸਾਡੇ ਕੋਲ ਸਾਡੀ ਸ਼ਰਨ 'ਚ ਸਿੱਖਾਂ ਦੀ ਸ਼ਰਨ ਜਾਂ ਪੰਜਾਬੀਆਂ ਦੀ ਸ਼ਰਨ 'ਚ ਰਹਿੰਦਾ ਰਿਹਾ ਇਹ ਮੁਕਾਬਲਾ ਸੀ ਉਹਦਾ ਜਿੰਨੇ ਹੋਏ ਨੇ ਜਰਨੈਲ ਵਗੈਰਾ ਉਹ ਜੇਲ੍ਹ ਮਰੀ ਤੱਕ ਅਸੀਂ ਪੁਜਾ ਕੇ ਆਉਂਦੇ ਰਹੇ ਇਹ ਸਾਡਾ ਮੁਕਾਬਲਾ ਸੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਸੀ ਉਸ ਸਮੇਂ ਉਹ ਤਾਂ ਬਿਲਕੁਲ ਰਹਿ ਗਈ ਸੀ ਉਹ ਕਹੇ ਜੋਗੇ ਨਹੀਂ ਇਹ ਪੰਜਾਬ ਦੇ ਲੋਕਾਂ ਦਾ ਖੂਨ ਆ ਵੀ ਅਹਿਮਦ ਸ਼ਾਹ ਅਬਦਾਲੀ ਤਾਂ ਦੂਜੇ ਇੱਥੇ ਜੇ ਉਹਨਾਂ ਦਾ ਮੁਕਾਬਲਾ ਕਰਨਾ ਇਹ ਪੰਜਾਬੀਆਂ ਦੀ ਗੱਲ ਆ ਵੀ ਉਹਨਾਂ ਨੂੰ ਜਾ ਪਿਸ਼ਾਵਰ ਤੇ ਉਹਨਾਂ ਦੇ ਏਰੀਏ 'ਚ ਜਾ ਕੇ ਰਾਜ ਕੀਤਾ ਹਮਲਾ ਕੀਤਾ ਉਹਨਾਂ ਨੂੰ ਖੋਇਆ ਫਿਰ ਇੱਕ ਦਮ ਕਹਿੰਦੇ ਵੀ ਆਪਾਂ ਮੁਕਾਬਲਾ ਨਹੀਂ ਕੀਤਾ ਜਿੰਨਾ ਚਿਰ ਤੱਕ ਉਹ ਇੱਥੋਂ ਨੱਠਿਆ ਨਹੀਂ ਅਸੀਂ ਉਹਨਾਂ ਚਿਰ ਆਰਾਮ ਨਾਲ ਨਹੀਂ ਬੈਠੇ ਨਹੀਂ ਇਹਦੀ ਤੇ ਤੁਸਕੇ ਬਾਬਰੀ ਜਿਹੜੀ ਹੈ ਜ਼ਹੀਰੁਦੀਨ ਬਾਬਰੀ ਦੀ ਕਿਤਾਬ ਉਹਦੇ 'ਚ ਉਹਨੇ ਲਿਖਿਆ ਹੈ ਪਸਰੂਰ ਸਾਡਾ ਹੀ ਤਹਿਸੀਲ ਹੈ ਇਹਦੇ ਕੋਲ ਉਹਨੇ ਲਿਖਿਆ ਗਾਂਧੀ ਕੱਢੀਆਂ ਨੇ ਉਹਨੇ ਆਖਿਆ ਇੱਥੋਂ ਦੇ ਜੱਟ ਏਡੇ ਬੁਰੇ ਸਨ ਕਿ ਉਹਨਾਂ ਸਾਡੇ ਡੰਗਰ ਖੋਲੇ ਤੇ ਸਾਡੀਆਂ ਬੋਧੀਆਂ ਫੋਲ ਕੇ ਲੈ ਗਏ ਧੱਕੋ ਧੱਕੀ ਅੱਛਾ ਇਹ ਜ਼ਹੀਰੁਦੀਨ ਬਾਬਰ ਕਿਹਨੇ ਇਹਦੀਆਂ ਫੌਜਾਂ ਦੇ ਸਾਹਮਣੇ ਮਤਲਬ ਇਹ ਹੈ ਕਿ ਇਹ ਜਿਹੜਾ ਸੀ ਦਿੱਲੀ ਵਾਲਾ ਬਾਦਸ਼ਾਹ ਹਾਂਜੀ ਉਹ 12 ਵਜੇ ਤੱਕ ਨਾ ਖਲੋਤਾ ਉਹਨੂੰ ਇੱਥੇ ਜੱਟਾਂ ਨੇ ਲੁੱਟ ਲਿਆ ਸਾਡਿਆਂ ਵੱਡਿਆਂ ਨੇ ਜੁੱਟ ਲਿਆ ਉਹਦੇ ਤੋਂ ਇਲਾਵਾ ਤੁਸੀਂ ਵੇਖੋ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਹ ਲੁੱਟਮਾਰ ਕਰਦੇ ਰਹੇ ਨੇ ਮਹਿਮੂਦ ਗਜ਼ਨਵੀ ਨੇ 17 ਹਮਲੇ ਕੀਤੇ 16 ਦਫਾ ਮੁਲਤਾਨ ਸਾਡੇ ਵੱਡਿਆਂ ਨੇ ਉਹਨੂੰ ਉਹਨਾਂ ਅੱਗੇ ਸਾਡਾ ਹਿੱਸਾ ਦੇ ਜਾ ਇਹ ਤੁਸੀਂ ਹੋਰ ਵੇਖੋ ਵੀ ਇਹ ਪੰਜਾਬੀ ਸਨ ਜਦੋਂ ਜਿਹਨੇ ਪਹਿਲਾਂ ਹਮਲਾ ਕੀਤਾ ਸੀ 1737 ਚ ਕੀ ਨਾਂ ਸੀ ਉਹਦਾ ਉਹ ਤੇ ਇਹ ਸੀ ਨਾ ਅਹਿਮਦ ਸ਼ਾਹ ਨਾਦਰ ਸ਼ਾਹ ਅਬਦਾਲੀ ਇਹ ਨਾਦਰ ਸ਼ਾਹ ਜਦੋਂ ਲੁੱਟ ਕੇ ਆਇਆ ਆਪਣੇ ਊਠਾਂ ਊਠਾਂ ਨੂੰ ਸਵਾਰ ਰੱਖਿਆ ਉਹ ਤੋਂ 10 ਕਿਲੋਮੀਟਰ ਫਾਸਲਾ ਰੱਖ ਕੇ ਨਾ ਇਹ ਪੰਜਾਬ ਦੇ ਲੋਕ ਤੁਰੇ ਜਾਂਦੇ ਸੀ ਜਦੋਂ ਉਹਦੇ ਰਾਮਗੜ੍ਹ ਜੋ ਖਲੋਂਦਾ ਸੀ ਉਹਦਾ ਸਮਾਨ ਲੁੱਟ ਲੈਂਦੇ ਇੱਦਾਂ ਹੀ ਅਹਿਮਦ ਸ਼ਾਹ ਅਬਦਾਲੀ ਨੂੰ ਹਰੀ ਗਏ ਦਰਿਆ ਦੇ ਖੰਡੇ ਪੁੱਲ ਤੇ ਇਹਨਾਂ ਲੁੱਟਿਆ ਤੇ ਔਰ ਘੱਟੋ ਘੱਟ ਮੇਰੇ ਖਿਆਲ 3000 ਬੀਬੀਆਂ ਸਨ ਜਿਹੜੀਆਂ ਦਿੱਲੀਓ ਉਹ ਕੈਦ ਕਰਕੇ ਲੈਂਦੀਆਂ ਸਨ ਉਹ ਛਲਾਈਆਂ ਉਹ ਵਾਪਸ ਉਹਨੇ ਘਰਾਂ 'ਚ ਭੇਜੀਆਂ ਇਹ ਪੰਜਾਬੀਆਂ ਦਾ ਘੱਟ ਜੋ ਉਹਨਾਂ ਨੇ ਬੜੀ ਵੱਡੀ ਕੰਟਰੀਬਿਊਸ਼ਨ ਹੈ ਜਿਹੜਾ ਕਿ ਹਿੰਦੁਸਤਾਨ ਦਾ ਜੇਤਾ ਉਹਨੂੰ ਪੰਜਾਬ 'ਚੋਂ ਲੰਘਣ ਨਹੀਂ ਦਿੱਤਾ ਅੱਛਾ ਡਾਕਟਰ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਸਾਡਾ ਇਤਿਹਾਸ ਵੀ ਹਾਲਾ ਪੂਰਾ ਜਿਹੜਾ ਲਿਖਿਆ ਨਹੀਂ ਗਿਆ ਔਰ ਸਾਡੇ ਨਾਲ ਇਹ ਬੜੀ ਜ਼ਿਆਦਤੀ ਹੋਈ ਹੈ ਕਿ ਜਦੋਂ ਸਾਨੂੰ ਇੱਧਰ ਤੇ ਹਾਲੀ ਵੀ ਸਾਡੀ ਜ਼ਬਾਨ ਨਹੀਂ ਪੜ੍ਹਾਈ ਗਈ ਸਾਡਾ ਜਿਹੜਾ ਵਿਰਸਾ ਸਾਡੀਆਂ ਬੋਲੀਆਂ ਸਾਡੇ ਮਾਈਏ ਟੱਪੇ ਸਾਡੇ ਵਿਰਸੇ ਦੀਆਂ ਗੱਲਾਂ ਬਾਤਾਂ ਸਾਨੂੰ ਆਖਿਆ ਕਿ ਤੁਸੀਂ ਗੁਲਸਤਾਨ ਏ ਬੋਸਤਾਨ ਏ ਸਾਦੀ ਪੜ੍ਹੋ ਉਹਦੇ ਜਿਹੜੀਆਂ ਹਕਾਇਤਾਂ ਸਨ ਉਹਦੇ ਨਾਲੋਂ ਤਗੜੀਆਂ ਤੇ ਸਬਕ ਸਿਖਾਓ ਹਕਾਇਤਾਂ ਸਾਡੇ ਪੰਜਾਬ ਦੇ ਵਿੱਚ ਉਹ ਬਾਤਾਂ ਜਿਹੜੀਆਂ ਸਾਡੇ ਵੱਡੇ ਪਾਉਂਦੇ ਸਨ ਉਹ ਸਾਰੀਆਂ ਵਿਸਰਦੀਆਂ ਗਈਆਂ ਤੇ ਗਵਾਚਦੀਆਂ ਜਾ ਰਹੀਆਂ ਨੇ ਉਹ ਬਾਜਾ ਸਿੰਘ ਦਾ ਕਾਰਨ ਸੀ ਜਿਹੜੇ ਸਾਡੇ ਪੰਜਾਬੀ ਲੋਕ ਸੀ ਇਹ ਤਾਂ ਰਹੀ ਲੜਾਈ ਝਗੜੇ 'ਚ ਰਹੀ ਉਹਨਾਂ ਟੱਕਰ 'ਚ ਆ ਇਹਨਾਂ ਨੂੰ ਲਿਖਣ ਦਾ ਵਿਹਲ ਨਹੀਂ ਮਿਲਿਆ ਇਹਨਾਂ ਦਾ ਇਤਿਹਾਸ ਲਿਖਿਆ ਬਾਹਰ ਦੇ ਲੋਕਾਂ ਨੇ ਜਾਂ ਸਰਕਾਰ ਦੇ ਪਿੱਛੋਂ ਨੇ ਜਾਂ ਅੰਗਰੇਜ਼ਾਂ ਦੇ ਪਿੱਛੋਂ ਨੇ ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਆ ਔਰ ਆਪਣੇ ਹਿਸਾਬ ਨਾਲ ਜਿਹੜਾ ਉਹ ਇਤਿਹਾਸ ਲਿਖਾਇਆ ਚਾਹੇ ਉਹ ਮੁਹੰਮਦ ਲਤੀਫ ਸੀ ਚਾਹੇ ਉਹ ਅੰਗਰੇਜ਼ ਰਾਈਟਰ ਸੀ ਉਹਨਾਂ ਨੇ ਸਾਰਿਆਂ ਨੇ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਅਸੀਂ ਸਾਡੇ ਕੋਲ ਤਾਂ ਕੋਈ ਇਤਿਹਾਸਕਾਰ ਨਹੀਂ ਅਸੀਂ ਤਾਂ ਰਹਿ ਜਾਵਾਂ ਯੁੱਧਾਂ 'ਚ ਔਰ ਇਹ ਮਾਣ ਨਾਲ ਗੱਲ ਕਹਿਣੀ ਪਊਗੀ ਵੀ ਜੇ ਉਹ ਧਾਰਮਿਕ ਹਮਲੇ ਕਰਦੇ ਸੀ ਆਖਿਰ ਅਸੀਂ ਇੱਥੇ ਪੰਜਾਬ ਦੇ ਲੋਕਾਂ ਨੇ ਆਪਣਾ ਰਾਜ ਪਾ ਕੇ ਇਹੋ ਹੀ ਗੱਲ ਹੈ ਕਿ ਇਹਦੇ 'ਚ ਵੇਖੋ ਜੀ ਅਸੀਂ ਸਮਝਦੇ ਹਾਂ ਕਿ ਜਿਹੜਾ ਸਾਨੂੰ ਪਰਤ ਕੇ ਮਿਲਾਉਣ 'ਚ ਜਿਹੜਾ ਅੱਜ ਦਾ ਮੀਡੀਆ ਹੈ ਜਿਹੜਾ ਵਟਸਐਪ ਹੈ ਫੇਸਬੁੱਕ ਹੈ ਯੂਟਿਊਬ ਹੈ ਟਵਿੱਟਰ ਵਗੈਰਾ ਇਹਨਾਂ ਨੇ ਮੈਂ ਸਮਝਣਾ ਬੜਾ ਰੋਲ ਅਦਾ ਕੀਤਾ ਜਿਸ ਤਰ੍ਹਾਂ ਇਹਨਾਂ ਪੂਰੀ ਦੁਨੀਆਂ ਦੇ ਵਿੱਚ ਇੱਕ ਨਵਾਂ ਸਿਸਟਮ ਮਤਲਬ ਪੂਰੇ ਮੁਲਕਾਂ ਦੇ ਅੰਦਰ ਜੋ ਸਿਸਟਮ ਹੁੰਦਾ ਸੀ ਕਿ ਉਹ ਜਿਹੜੇ ਡਿਕਟੇਟਰ ਸਨ ਉਹ ਆਪਣੀ ਮਰਜ਼ੀ ਮਨਾਉਣ ਲਈ ਇੱਕ ਟੀਵੀ ਨੂੰ ਬੰਦ ਕਰਕੇ ਤੇ ਕੰਮ ਕਰ ਲੈਂਦੇ ਸਨ ਲੇਕਿਨ ਹੁਣ ਮੇਰਾ ਖਿਆਲ ਇਹ ਕਾਬੂ ਆਉਣ ਵਾਲਾ ਕੰਮ ਨਹੀਂ ਹੈਗਾ ਦੇਖੋ ਜਿਹੜੀਆਂ ਦੋਵੇਂ ਸਰਕਾਰਾਂ ਸੀ ਚਾਹੇ ਉਹ ਇੰਡੀਆ ਦੀ ਸਰਕਾਰ ਸੀ ਚਾਹੇ ਪਾਕਿਸਤਾਨ ਦੀ ਸਰਕਾਰ ਸੀ ਜੋ ਇਹਨਾਂ ਰਾਜਨੇਤਾ ਨੇ ਸਾਨੂੰ ਪਹਿਲਾਂ ਤੇ 47 'ਚ ਮਰਵਾਇਆ ਸਾਡੇ ਫੁੱਟ ਪਾ ਕੇ ਸਾਨੂੰ ਆਪਸ ਸਾਡੀ ਵੱਡਾ ਟੁੱਕੀ ਹੋਈ ਚਲੋ ਉਹ ਵੀ ਭੁੱਲ ਜਾਂਦੇ ਪਰ ਜਿਹੜਾ ਹੋਰ ਅੰਦਰ ਖਾਤੇ ਸਾਡੇ ਨਾਲ ਕੰਮ ਕੀਤਾ
ਸਾਰੀਆਂ ਜਮਾਲਾਂ ਖਰਾਬ ਕਰਨ ਰਹੇ ਹਾਂ ਹਾਂਜੀ ਰਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਬਦਲ ਕੇ ਉਰਦੂ ਭਾਸ਼ਾ ਦੇ ਬਦਲੀ ਜਾਂਦੇ ਨੇ ਹਾਂਜੀ ਹਾਂਜੀ ਇਹ ਕਿਹੜਾ ਹਾਲ ਹੈ ਧੱਕਾ ਦੂਜੀ ਗੱਲ ਇਹ ਆ ਸਾਨੂੰ ਵੀਜ਼ੇ ਤੱਕ ਨਹੀਂ ਦਿੰਦੇ ਤਾਂ ਇਹ ਆਪਸ ਵਿੱਚ ਮਿਲ ਗਏ ਨੇ ਜਾਂ ਇਹ ਕਿਹੜਾ ਸਭ ਤੋਂ ਵੱਡਾ ਧੱਕਾ ਤੀਜੀ ਗੱਲ ਇਹ ਆ ਬਈ ਜੋ ਕਲਚਰ ਅਸੀਂ ਉੱਧਰ ਵੈਸਟਰਨਰ ਹੋਈ ਜਾਂਦੇ ਹਾਂ ਉੱਧਰ ਮਤਲਬ ਪਿੰਡਾਂ ਕਮੀਜ਼ਾਂ ਪਾ ਕੇ ਅੰਗਰੇਜ਼ੀਆਂ ਪੜ੍ਹ ਕੇ ਹੋਰ ਪਾਸੇ ਤੁਰੇ ਜਾਂਦੇ ਹਾਂ ਤੁਸੀਂ ਇੱਧਰ ਉਰਦੂ ਕਲਚਰ ਤੁਰੇ ਜਾਂਦੇ ਜੇ ਇਹ ਪਾਸੇ ਤੁਰੇ ਜਾਂਦੇ ਜੇ ਜਿਹੜਾ ਪੰਜਾਬੀ ਕਲਚਰ ਉਹ ਤਾਂ ਲਗਭਗ ਖਤਮ ਹੋਈ ਜਾਂਦਾ ਹਾਂਜੀ ਹਾਂਜੀ ਪੰਜਾਬੀ ਕਲਚਰ ਜਿਹੜਾ ਨਾ ਉਹ ਦੋਵਾਂ ਪੰਜਾਬਾਂ ਨੂੰ ਖਤਮ ਹੋਈ ਜਾਂਦਾ ਇਹ ਸਮਝਣ ਦੀ ਲੋੜ ਹੈ ਹੁਣ ਪੰਜਾਬੀ ਮਾਂ ਬੋਲੀ ਥੋੜ੍ਹੀ ਮੈਂ ਗੱਲ ਕਰਾਂ ਤੁਸੀਂ ਦੱਸੋ ਵੀ ਜਿਹੜੀ ਮਾਂ ਦੀ ਗੋਦੀ 'ਚ ਅਸੀਂ ਲਾਲ ਲਾਏ ਨੇ ਜਿੱਥੇ ਅਸੀਂ ਜੰਮੇ ਬਣੇ ਹਾਂ ਜਿੱਥੇ ਅਸੀਂ ਇੱਥੋਂ ਵੱਡੇ ਹੋ ਕੇ ਵਿਆਹ ਸ਼ਾਦੀ ਕੀਤੇ ਨੇ ਅਸੀਂ ਹੋਰ ਸਾਡੀਆਂ ਸਿੱਠਣੀਆਂ ਮਨੁੱਖ ਮਿਹਣੀ ਸਭ ਕੁਛ ਅਸੀਂ ਪੰਜਾਬੀ 'ਚ ਕੀਤਾ ਹੈ ਉਹਨੂੰ ਅਸੀਂ ਭੁੱਲੇ ਭੁੱਲ ਕੇ ਉਰਦੂ ਬੋਲੀ ਜਾਂਦੇ ਖਾਸ ਕਰਕੇ ਮੈਨੂੰ ਕੰਮ ਹੈ ਬਾਜਵਾ ਸਾਹਿਬ ਧਰਨਾ ਬੱਚਿਆਂ ਨੂੰ ਸਕੂਲ 'ਚ ਕਿਉਂ ਕੁੱਟਿਆ ਜਾਂਦਾ ਤੂੰ ਪੰਜਾਬੀ ਬੋਲਦਾ ਕਿੰਨੀ ਮਾੜੀ ਗੱਲ ਔਰ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਬੋਲਦੇ ਨੇ ਟੀਚਰ ਕੀ ਕਿਤੇ ਤੁਸੀਂ ਪੰਜਾਬੀ ਨਹੀਂ ਬੋਲਦੇ ਤਾਂ ਕਿ ਘਰ ਵਿੱਚ ਉਰਦੂ ਬੋਲੋ ਤਾਂ ਕਿ ਤੁਹਾਡੇ ਬੱਚੇ ਉਰਦੂ ਬੋਲੋ ਉਹ ਇਹ ਕੀ ਫਰਕ ਪੈਂਦਾ ਬਈ ਜਿਹੜੀ ਅਗਲੀ ਪੀੜ੍ਹੀ ਆ ਉਰਦੂ ਬੋਲੂਗੀ ਜੇ ਉਰਦੂ ਬੋਲੂਗੀ ਤਾਂ ਪੰਜਾਬੀ ਨੂੰ ਟੁੱਟ ਜਾਊਗੀ ਪੰਜਾਬੀ ਕਲਚਰ ਨੂੰ ਟੁੱਟ ਜਾਊਗੀ ਸਾਡੇ ਚੜ੍ਹਦੇ ਪੰਜਾਬ 'ਚ ਹਿੰਦੂ ਭਰਾ ਹਿੰਦੀ ਬੋਲਦੇ ਸੀ ਅਤੇ ਤੁਸੀਂ ਜਾਣਦੇ ਜੀ ਬਲਦਾਰ ਸਿੰਘ ਜੀ ਬੜੇ ਵੱਡੇ ਐਕਟਰ ਹੋਏ ਨੇ ਅਤੇ ਅੰਮ੍ਰਿਤਸਰ ਟਾਊਨ ਹਾਲ ਦੇ ਵਿੱਚ ਉਹ ਲੈਕਚਰ ਕਰਦੇ ਇਸੇ ਵਿਸ਼ੇ 'ਤੇ ਉਹ ਵੀ ਹਿੰਦੂ ਸੀ ਖੈਰ ਬਲਦਾਰ ਸਿੰਘ ਜੀ ਉਹਨੇ ਡਰ ਕੇ ਗੱਲ ਆਖੀ ਜਿਹੜੀ ਮੈਨੂੰ ਅਜੇ ਵੀ ਯਾਦ ਹੈ ਉਹਦਾ ਭਰਾਓ ਗੱਲ ਸੁਣੋ ਜਿਹੜਾ ਆਪਣੇ ਪਿਓ ਦਾ ਨਹੀਂ ਹੁੰਦਾ ਉਹਨੂੰ ਕੀ ਕਹਿੰਦੇ ਆ ਹਰਾਮ ਦਾ ਅਤੇ ਤੁਸੀਂ ਆਪਣੀ ਮਾਂ ਦੇ ਨਹੀਂ ਮੰਨਦੇ ਤੁਹਾਨੂੰ ਕੀ ਆਖਿਆ ਜੇ ਉਹਨੇ ਏਡਾ ਡਰ ਕੇ ਉਹਨਾਂ ਹਿੰਦੂ ਭਰਾਓ ਆਖਿਆ ਸੋ ਮੈਂ ਵੀ ਇਹ ਕਹਿੰਦਾ ਵੀ ਆਪਣੀ ਮਾਂ ਦੇ ਬਣੋ ਨਾ ਅਗਲੇ ਲਵੇ ਸ਼ਾਵੇ ਲੱਤਾਂ ਗੱਲ ਸੁਣੋ ਜੋ ਆਪਣੀ ਮਾਂ ਤੋਂ ਮਿਲਣਾ ਬੰਗਾਲੀ ਸਾਹਿਬ ਕਿਤੋਂ ਨਹੀਂ ਮਿਲਣਾ ਜਿਹੜਾ ਖਿੱਚ ਆਪਣੀ ਮਾਂ ਦੇ ਦੁੱਧ 'ਚ ਆ ਜਿਹੜਾ ਬੱਚਾ ਮਾਂ ਦਾ ਦੁੱਧ ਪੀ ਕੇ ਜਵਾਨ ਹੁੰਦਾ ਉਹ ਕਦੇ ਮਾਂ ਨਹੀਂ ਖਾਂਦਾ ਸੋ ਇਹ ਆਪਣੀ ਮਾਂ ਬੋਲੀ ਸੰਭਾਲੋ ਭਰਾਓ ਇਹ ਬਹੁਤ ਤੁਹਾਡੇ ਵਾਸਤੇ ਵੱਡੀ ਗੱਲ ਨਹੀਂ ਇਹ ਜ਼ਰੂਰੀ ਵੀ ਇਹ ਅਸਲ 'ਚ ਜਿਹੜਾ ਜਦੋਂ ਵੀ ਜਿਹੜੇ ਸਾਮਰਾਜੀ ਲੋਕ ਧਾੜਵੀ ਲੋਕ ਆਉਂਦੇ ਆ ਸਾਰੇ ਲੋਕਾਂ ਦੀ ਪਹਿਲਾਂ ਜ਼ਬਾਨ ਮੁਕਾਉਂਦੇ ਨੇ ਔਰ ਉਹਨਾਂ ਦੀ ਰਹਿਤਲ ਨਾਲੋਂ ਉਹਨਾਂ ਦੇ ਰਹਿਣ ਸਹਿਣ ਨਾਲੋਂ ਉਹਨਾਂ ਦੇ ਵਿਰਸੇ ਨਾਲੋਂ ਉਹਨਾਂ ਦਾ ਤਲਕ ਤਰੋੜਦੇ ਨੇ ਹੈਗੀ ਜ਼ਬਾਨ ਦੇ ਰਾਹੀਂ ਲਿਬਾਸ ਦੇ ਰਾਹੀਂ ਉਹਨਾਂ ਦਾ ਭਰੇਵਾ ਬਦਲ ਕੇ ਉਹ ਸਾਰਾ ਕੰਮ ਕਰਕੇ ਔਰ ਉਹਦੇ ਨਾਲ ਫਿਰ ਇਹ ਕੀ ਹੁੰਦਾ ਕਿ ਉਹਨਾਂ ਦੇ ਅੰਦਰੋਂ ਜਿਹੜਾ ਜੀਨ ਦਾ ਸਾਥ ਹੈ ਨਾ ਹੈਂਜੀ ਕਿਉਂਕਿ ਮਾਹੌਲ ਬੰਦੇ ਨੂੰ ਬੰਦਾ ਬਣਾਉਂਦਾ ਸ਼ੇਰ ਜਿਹੜਾ ਸ਼ੇਰ ਦੇ ਬੱਚੇ ਨੂੰ ਉਹਦਾ ਜਿਹੜਾ ਮਾਹੌਲ ਸ਼ੇਰ ਬਣਾਉਂਦਾ ਅਗਰ ਸ਼ੇਰ ਦਾ ਬੱਚਾ ਜੰਮਦਿਆਂ ਸਾਰ ਭੇਡਾਂ ਦੇ ਗਿੜ ਚ ਵਾੜ ਦਿੱਤਾ ਜਾਏ ਉਹ ਸਾਰੀ ਉਮਰ ਮੈਂ ਕਰਦਾ ਰਹੇਗਾ ਉਹ ਕੁੱਤਿਆਂ ਕੋਲ ਵੀ ਡਰਦਾ ਰਹੇਗਾ ਲੇਕਿਨ ਸ਼ੇਰ ਨੂੰ ਉਹਦਾ ਮਾਹੌਲ ਸ਼ੇਰ ਬਣਾਉਂਦਾ ਸਾਡਾ ਦੁੱਖ ਇਹ ਵੇ ਸਾਡਾ ਦੁਖਾਨ ਤੇ ਹੈ ਕਿ ਸਾਨੂੰ ਸਾਡੇ ਮਾਹੌਲ ਤੋਂ ਦੂਰ ਕਰ ਦਿੱਤਾ ਗਿਆ ਫਿਰ ਇਹ ਵੇ ਕਿ ਅਸੀਂ ਕਲਪ ਕੇ ਮਰ ਗਏ ਹਾਂ ਅੱਜ ਤੱਕ ਵੀ ਸਾਡੀਆਂ ਸਰਕਾਰਾਂ ਨੂੰ ਸਾਡੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਜਾਂ ਤੇ ਉਹ ਬੇਸਮਝ ਨੇ ਜਾਂ ਮੁੜ ਖੇਚਲੇ ਨੇ ਜਾਣ ਬੁੱਝ ਕੇ ਕਰਨਾ ਨਹੀਂ ਚਾਹੁੰਦੇ ਅਸਲ ਸਾਰੀਆਂ ਸਰਕਾਰਾਂ ਚਾਹੇ ਅੰਗਰੇਜ਼ ਸੀ ਚਾਹੇ ਹੁਣ ਦੀਆਂ ਸਰਕਾਰਾਂ ਨੇ ਉਹ ਪੰਜਾਬੀਆਂ ਨੂੰ ਡਰਦੀਆਂ ਨੇ ਉਦੋਂ ਪਤਾ ਵੀ ਜੇ ਉੱਠਣਗੇ ਤੇ ਪੰਜਾਬੀਆਂ ਨੂੰ ਥੋੜ੍ਹਾ ਹੋਰ ਕੋਈ ਕੌਮ ਉੱਠ ਨਹੀਂ ਸਕਦੀ ਇਹ ਕਰਕੇ ਉਹ ਸਾਡਾ ਕਲਚਰ ਖਤਮ ਕਰਦੇ ਆ ਇਸੇ ਕਰਕੇ ਸਾਡਾ ਜੋ ਬਾਕੀ ਇਹ ਸਾਰਾ ਮਿਲ ਗਿਆ ਹੋਣਾ ਜਾਂ ਸਭ ਕੁਛ ਉਹਨੂੰ ਖਤਮ ਕਰਦੇ ਆ ਸੋ ਇਹ ਮੈਂ ਤਾਂ ਪੰਜਾਬੀ ਭਰਾ ਇਹੋ ਕਹਿੰਦਾ ਤੁਹਾਡੀ ਬੜੀ ਵੱਡੀ ਤਾਕਤ ਆ ਤੁਹਾਡਾ ਪਾਣੀ ਬੜਾ ਜ਼ਬਰਦਸਤ ਆ ਤੁਸੀਂ ਕੁਛ ਨਾ ਖਾਓ ਪਾਣੀ ਪੀਓ ਤਾਂ ਵੀ ਤੁਸੀਂ ਉੱਪਰੋਂ ਪੈਂਦੇ ਹੋ ਜੇ ਤੁਹਾਨੂੰ ਤਾਂ ਇੱਡੀ ਗੋਡ ਗਿਫਟਡ ਧਰਤੀ ਹੈ ਜਿਹੜਾ ਅੰਤ ਕੋਈ ਨਹੀਂ ਅਸੀਂ ਤਾਂ ਸਾਡੇ ਦੇਖੋ ਪੁਰਸ਼ ਨੇ ਸ਼ਿੰਦਰ ਹਰਾਤਾ ਇੱਥੇ ਏਡਾ ਵੱਡਾ ਸ਼ਿੰਦਰ ਸੀ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਅਸੀਂ ਜੋ ਧਾੜੀ ਉਹਨਾਂ ਨੇ ਨੱਥ ਪਾਈ ਏਡਾ ਵੱਡਾ ਪਾਣੀ ਕਰਨੂ ਜੀ ਸਿਕੰਦਰ ਦੀਆਂ ਤੇ ਜਨਾਬ ਇੱਥੇ ਫੌਜਾਂ ਸਾਡੇ ਕੋਲ ਰਿਕਾਰਡ ਮੌਜੂਦ ਹੈ ਉਹ ਸਾਡੀ ਇੱਥੇ ਜਿਹੜੀ ਆਰਮੀ ਸੀ ਨਾ ਮੱਲੀਆਂ ਦੀ ਤੇ ਸਾਰੀ ਅਜੇ ਇਹਨਾਂ ਦੇ ਇੱਕ ਪੁਰਸ਼ ਦਾ ਤੇ ਪੋਰੂ ਦਾ ਨਾਂ ਯਾਦ ਰਹਿ ਗਿਆ ਨਾ ਐਕਚੁਅਲ ਤੇ ਜਨਾਬ ਇਹ ਸਾਰੀ ਜੱਟਾਂ ਦੀ ਜੁਆਇੰਟ ਫੋਰਸ ਸੀ ਜਿਹਦੇ ਸਾਡੇ ਸਾਰੇ ਵੱਡਕੇ ਹਨ ਔਰ ਉਹ ਇਹਨਾਂ ਨੂੰ ਉਹਨਾਂ ਨੇ ਨਾਂ ਦਿੱਤਾ ਆਕਸੀ ਡਰੈਕੀ ਕਿ ਉਹਨੇ ਸੱਪ ਮੰਦਰ ਹਮਲਾ ਕਰਦੇ ਨੇ ਔਰ ਉਹਨਾਂ ਦੀਆਂ ਉਹਨਾਂ ਦੇ ਜਿਹੜੇ ਤਜ਼ਕਰੇ ਨੇ ਜਨਰਲ ਨੀਰਕਸ ਦੇ ਯੂਨਾਨੀ ਦੇ ਉਹਨੇ ਕਿਹਾ ਜੀ ਉਸ ਵੇਲੇ ਇਹਨਾਂ ਕੋਲ 3.5 ਲੱਖ ਰੈਗੂਲਰ ਆਰਮੀ ਸੀ 1.5 ਲੱਖ ਜਿਹੜਾ ਇਹਨਾਂ ਕੋਲ ਘੋੜ ਸਵਾਰ ਸਨ 50,000 ਹਾਥੀ ਸਨ 3,000 ਰੱਥ ਸਨ ਔਰ ਇਹ ਜਦੋਂ ਹਮਲਾ ਕਰਦੇ ਸਨ ਔਰ ਇਹ ਯੂਨਾਨੀ ਜਰਨੈਲਾਂ ਨੇ ਕਿਹਾ ਕਿ ਅਗਰ ਸਾਡੇ ਕੋਲ ਕਦੀ ਇਹ ਪੰਜਾਬੀਆਂ ਦੀ ਫੌਜ ਹੁੰਦੀ ਤੇ ਅਸੀਂ ਪੂਰੀ ਦੁਨੀਆ ਨੂੰ ਸੱਚੀ ਮਿੱਚੀ ਫਤਿਹ ਕਰ ਸਕਦੇ ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਪਤਾ ਮੈਂ ਦੱਸਦਾ ਸਨ 1783 ਦੇ ਵਿੱਚ
ਪੰਜਾਬ ਦੇ ਲੋਕਾਂ ਨੇ ਜਾ ਕੇ ਦਿੱਲੀ ਤੇ ਕਬਜ਼ਾ ਕਰ ਲਿਆ ਹਾਂਜੀ ਕਰ ਲਿਆ ਉੱਥੇ ਇੱਕ ਸਰੂ ਬੇਗਮ ਸੀ ਸਰੂ ਬੇਗਮ ਨੇ ਦਾ ਖੇਡਿਆ ਉਹਨੇ ਇੱਕ ਜਵਾਨ ਨੂੰ ਆਪਣਾ ਭਰਾ ਬਣਾ ਲਿਆ ਤੇ ਉਹਨੂੰ ਕਿਹਾ ਤੂੰ ਛੱਡ ਜਾ ਜੋ ਚਾਹੀਦਾ ਲੈ ਜਾ ਇਹ ਉੱਥੋਂ ਸਮਾਨ ਸਮੂਨ ਲੈ ਗਿਆ ਖਾਣ ਪੀਣ ਵਾਲਾ ਕੁਛ ਥੋੜ੍ਹਾ ਬਹੁਤ ਸੋਹਣਾ ਸਾਰਾ ਲਾਏ ਹੋਣਗੇ ਤੇ ਇਹਨਾਂ ਦਿੱਲੀ ਦਾ ਤਖ਼ਤ ਛੱਡ ਦਿੱਤਾ ਮੇਰੇ ਸਾਡੇ ਸਾਹਮਣੇ ਦਿੱਲੀ ਦੇ ਕੁਝ ਵੀ ਨਹੀਂ ਦੇਖੋ ਜੀ ਅੰਗਰੇਜ਼ ਆਏ ਨੇ 1849 ਚ ਹਾਂ ਸਾਡੇ ਲੋਕਾਂ ਘੱਟ ਨਹੀਂ ਗਏ 1849 ਚ ਆਏ ਨੇ 1800 ਤੇ ਉਹ ਕਿੰਨੇ ਚ ਹੋਈ ਸੀ ਜਿਹਨੂੰ ਉਹ ਗਦਰਾਂ ਦੇ ਸਨ 1857 ਚ 59 ਤੋਂ 7-8 ਸਾਲ ਬਾਅਦ ਸਿਆਲਕੋਟ ਦੇ ਵਿੱਚ ਇਹਨਾਂ ਜੇਲ੍ਹ ਭੰਨ ਦਿੱਤੀ ਗੋਰਾ ਜੇਲ੍ਹ ਸਾਰੇ ਅੰਗਰੇਜ਼ ਮਾਰ ਦਿੱਤੇ ਇੱਥੋਂ ਤੋਪਾਂ ਲੈ ਕੇ ਤੇ ਟੁਰ ਪਏ ਤੇ ਇਹਨਾਂ ਆਖਿਆ ਵੀ ਜਨਾਬ ਅਸਾਂ ਦਿੱਲੀ ਤੇ ਕਬਜ਼ਾ ਕਰਨਾ ਹੈ ਇਹ ਸ਼ਕਰਗੜ੍ਹ ਦੇ ਕੋਲ ਜਾ ਕੇ ਤੇ ਜਨਾਬ ਰਾਵੀ ਚ ਫਲੱਡ ਆਇਆ ਸੀ ਔਰ ਉੱਥੇ ਤਿੰਨੂ ਘਾਟ ਉਸ ਜਗ੍ਹਾ ਦਾ ਨਾਂ ਸੀ ਉੱਥੇ ਨਾ ਜੀ ਆਪਣਾ ਇਹ ਹੋਇਆ ਕਿ ਉਸ ਵੇਲੇ ਫੌਜ ਚਿੱਠੀ ਵਰਦੀ ਪਾਉਂਦੀ ਸੀ ਉਹਨੂੰ ਡੇਲੀ ਯੂਨੀਫਾਰਮਾਂ ਦੇ ਸਨ ਪਹਿਲੀ ਦਫ਼ਾ ਇਹਨਾਂ ਨੂੰ ਧੋਖਾ ਦੇਣ ਲਈ ਜਨਰਲ ਜਿਹੜਾ ਸੀ ਉਹਦਾ ਨਾਂ ਕਿ ਨਿਕਸਨ ਸੀ ਜਨਰਲ ਅੰਮ੍ਰਿਤਸਰ ਤੋਂ ਆਇਆ ਉਹਨੇ ਫੌਜ ਨੂੰ ਬਰੂਦ ਵਿੱਚ ਵਰਦੀਆਂ ਰੰਗਾ ਕੇ ਨਾ ਬਰੂਦ ਵਿੱਚ ਤੇ ਆਸਰਾਂ ਦਾ ਕਸਮੈਲਾ ਰੰਗ ਕਰਕੇ ਤਾਂ ਕਿ ਇੱਥੋਂ ਦੇ ਜਿਹੜੇ ਮੁਜਾਹਦ ਨੇ ਇਹਨਾਂ ਨੂੰ ਧੋਖਾ ਦੇਣ ਲਈ ਇਹ ਸਮਝਣਗੇ ਇੱਥੋਂ ਦੇ ਪੱਠੇ ਪੁੱਟ ਲੋਕ ਨੇ ਚਾਰ ਚੁਫੇਰਿਓ ਘੇਰਿਆ ਕੁਝ ਰਾਵੀ ਚ ਪਾਣੀ ਆਇਆ ਸੀ ਮੰਦੇ ਭਾਗਾਂ ਨੂੰ ਔਰ ਫਿਰ ਉੱਥੇ ਬਹੁਤ ਜ਼ਿਆਦਾ ਮੁਜਾਹਦੀਨ 350 ਬੰਦਾ ਦੇ ਪੀਕੋ ਚੱਕ ਵਿੱਚ ਫਾਂਸੀ ਚਾੜਿਆ ਗਿਆ ਔਰ ਉਹ ਜਿਹੜੀ ਉਹਨਾਂ ਦੀ ਕੋਈ ਜੰਮੂ ਦੇ ਰਾਜੇ ਜੰਮੂ ਦੇ ਰਾਜਿਆਂ ਲਗਾਇਆ ਤੇ ਉਹਨੇ ਬਾਅਦ ਚ ਫੜ ਕੇ ਦੇ ਦਿੱਤੇ ਕੁਝ ਇੱਥੋਂ ਦੇ ਜਿਹੜੇ ਸਿਆਸਤਦਾਨ ਸਨ ਉਹਨਾਂ ਨੇ ਮੁਖਬਰੀਆਂ ਕਰ ਕੁਰ ਕੇ ਉਹ ਫਿਰ ਜਿਹੜੀ ਸਾਰੀ ਤਹਿਰੀਕ ਨਾ ਇਹਨਾਂ ਲੋਕਾਂ ਸਾਡੇ ਨਹੀਂ ਕੀਤੀ ਯਾਨੀ ਉਹਨਾਂ ਦੇ ਨਾਲ ਫਿਰ ਸਾਡਾ ਰਾਏ ਅਹਿਮਦ ਖਾਂ ਖਰਲ ਜੀ ਤੇ ਭਗਤ ਸਿੰਘ ਇਹ ਸਾਰੇ ਲੋਕ ਜਿਹੜੇ ਨੇ ਨਾ ਇਹ ਤਹਿਰੀਕ ਜਿਹੜੀ ਇਹ ਨਾਲ ਨਾਲ ਹੀ ਚੱਲੀ ਜਾ ਰਹੀ ਸੀ ਔਰ ਇਹ ਮਤਲਬ ਇਹ ਕਿ ਉਹ ਪੂਰੇ ਜ਼ੋਰਾਵਰ ਤਹਿਰੀਕ ਸੀ ਬਦਨਾਮ ਕਰਨ ਵਾਲੀ ਗੱਲ ਹੈ ਇਹਨੂੰ ਵੱਧ ਹੋਰ ਕੋਈ ਗੱਲ ਨਹੀਂ ਇਹ ਕਿ ਬਾਜਵਾ ਸਾਹਿਬ ਮੈਂ ਥੋੜੀ ਆਪਣੇ ਲੈਵਲ ਤੇ ਗੱਲ ਕਰਨੀ ਚਾਹੁੰਦਾ ਅਸੀਂ ਚੜ੍ਹਦੇ ਪੰਜਾਬ ਵਾਲਿਆਂ ਚੜ੍ਹਦੇ ਵਕਤ ਸਿੱਖਾਂ ਨੇ ਬੜਾ ਨੁਕਸਾਨ ਖਾਧਾ ਤੁਹਾਨੂੰ ਪਤਾ ਖੱਟਿਆ ਹੋਣੀ ਇਹ ਵੀ ਤੁਹਾਨੂੰ ਪਤਾ ਪਰ ਇੱਕ ਗੱਲ ਅਸੀਂ ਜ਼ਰੂਰ ਖੱਟੀ ਆ ਤੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦਾ ਲੜ ਨਹੀਂ ਛੱਡਿਆ ਅਸੀਂ ਜੇ ਕੈਨੇਡਾ ਚਲ ਗਏ ਅਮਰੀਕਾ ਚਲ ਗਏ ਜਿੱਥੇ ਵੀ ਗਏ ਹਾਂ ਉੱਥੇ ਅਸੀਂ ਪੰਜਾਬੀ ਨੂੰ ਪਹਿਲ ਦਿੱਤੀ ਹੈ ਅੱਜ ਕੈਨੇਡਾ ਦੇ ਵਿੱਚ ਪੰਜਾਬੀ ਦੂਜੀ ਭਾਸ਼ਾ ਹੈ ਫਿਰ ਹੋਰ ਤੁਸੀਂ ਵੇਖੋ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ ਪਹਿਲੀ ਭਾਸ਼ਾ ਔਰ ਸਰਕਾਰੀ ਭਾਸ਼ਾ ਹੈ ਜਿਹੜਾ ਅਫਸਰ ਉੱਥੇ ਨਹੀਂ ਚਿੱਠੀ ਪੱਤਰ ਕਰਦਾ ਇਹਦੇ 'ਚ ਪੰਜਾਬੀ 'ਚ ਉਹਦੀ ਇਨਕਰੀਮੈਂਟ ਤੱਕ ਰੋਕ ਦਿੱਤੀ ਜਾਂਦੀ ਹੈ ਅੱਛਾ ਇੱਦਾਂ ਹੀ ਆਪਣੇ ਜਿਹੜਾ ਵੀ ਬੱਚਾ ਜਾਂ ਕੋਈ ਜਿਹਨੇ ਸਰਵਿਸ ਲੈਣੀ ਆ ਜਿਹੜਾ ਬਾਰ੍ਹਵੀਂ ਤੱਕ ਜਾਂ ਦਸਵੀਂ ਤੱਕ ਪੰਜਾਬੀ ਨਹੀਂ ਪਾਸ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬੀ ਨੂੰ ਵਧਾਉਣ ਲਈ ਤੁਸੀਂ ਕੋਈ ਇਹੋ ਜਿਹਾ ਪੈਟਰਨ ਬਣਾਓ ਜਿਹੜਾ ਪੰਜਾਬੀ ਆਪਣੀ ਪਹਿਲੀ ਭਾਸ਼ਾ ਬਣੇ ਤਾਂ ਕਿ ਵੇਖੋ ਮੈਂ ਤਾਂ ਹੋਰ ਦੱਸਦਾ ਜੇ ਤੁਹਾਡੇ ਕੋਲ ਪੰਜਾਬੀ ਖਤਮ ਹੋ ਗਈ ਮੰਨ ਲਓ ਤੇ ਆਪਾਂ ਮੈਂ ਇੱਕਦਮ ਨੂੰ ਇਹ ਸਮਝਾਓ ਉਹ ਹੈ ਗੱਲ ਕਰਨ ਵਾਲੀ ਅੱਛਾ ਦੂਜੀ ਭਾਸ਼ਾ ਕਈ ਬੰਦੇ ਨੂੰ ਮਿਲ ਕੇ ਵੇਖੋ ਕਿ ਉਹ ਠੰਡ ਪੀਂਦੀ ਹੈ ਜਿਹੜੀ ਪੰਜਾਬੀ ਨੂੰ ਮਿਲ ਕੇ ਪਤਾ ਹੀ ਨਹੀਂ ਲੱਗਦਾ ਜਦੋਂ ਮੇਰੀ ਤੁਸੀਂ ਜ਼ੁਬਾਨ ਹੀ ਨਹੀਂ ਸਮਝਦੇ ਮੈਂ ਉਹ ਕੀ ਉਹ ਠੰਡ ਪੀਂਦੀ ਨਹੀਂ ਨਹੀਂ ਜੇ ਸਾਡਾ ਰਸਤਾ ਹੈ ਜੇ ਸਾਡੀ ਸਾਂਝ ਹੈ ਤੁਹਾਡੇ ਨਾਲ ਤੇ ਸਿਰਫ ਇੱਕ ਪੰਜਾਬੀ ਬੋਲੀ ਕਰਕੇ ਹੈ ਸੋ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਮੈਂ ਇੱਕ ਮਾੜੀ ਜਿਹੀ ਇੱਥੇ ਦੋ ਲਾਈਨਾਂ ਲਿਖੀਆਂ ਸੀ ਇਹ ਮੇਰੇ ਪਾਕਿਸਤਾਨੀ ਲੋਕੋ ਮਾਂ ਬੋਲੀ ਦੀ ਫੜੋ ਡੰਗੋਰੀ ਇਸ਼ਤਾਂ ਤੇ ਸ਼ਾਨਾਂ ਦੇ ਦੁੱਖ ਭਰ ਆਪਣੀ ਮਾਂ ਦੀ ਪਾ ਦਿਓ ਝੋਲੀ ਲਾ ਉਂਗਲ ਸਿੱਖਾਂ ਤੇ ਲੈ ਜਾਓ ਮਾਂ ਬੋਲੀ ਨੂੰ ਦੁਨੀਆਂ ਤੱਕੇ ਇਹਦੇ ਮਨ ਵਿੱਚ ਮਨ ਤੁਹਾਡਾ ਸੀਸਾਂ ਦੇਣ ਦੀ ਕਦੀ ਨਾ ਥੱਕੇ ਸੋ ਮੈਂ ਬੇਨਤੀ ਕਰਦਾ ਇਹਦੀ ਡੰਗੋਰੀ ਫੜੋ ਇਹਨੂੰ ਉੱਪਰ ਲੈ ਜਾਓ ਮਿਹਨਤ ਕਰੋ ਕਦੀ ਨਾ ਕਦੀ ਰਿਜ਼ਲਟ ਨਿਕਲੂਗਾ।